ध्यान उतार दे दुबई वाला डॉक्टर हाँ चेक कर रहा है स्पेशल दुबई चो आया है डॉक्टर बन के सारे को इस टाइम केर ते सवाल आ गई है तो चलो असा कना ये सवाल जो आगे एक दर्जन सर वालेकुम क्या ब्रो ठीक हो तुम ठीक है मैं अंदर बैक लीवे मैं तुम सारे यूट्यूब चैनल पे वे लावा अगर फेसबुक पेज तेना तो फेसबुक पेज में फॉलो करें यूट्यूब तेना तो यूट्यूब सब्सक्राइब करके शुरू करें आज वीडियो आज सब तो पहला काम जड़ा है वो है घाह पानी लावना सवेरे का ड्यूटी लगे सारे घाह पानी लाने पहले पानी लागने उस बाद एक मोबाइल गिनवाने दोस्त दोस्तों वाने मोबाइल भी गिनवाने थूम पिला छोड़े घाह की बस एक पखी लाने तकरीबन ये बनते पे चार चार अठ किला बनता पे चार कनाल थूम तो चार घाह तो तकरीबन डेढ़ घंटा लग गए फीटर से पानी लावन दे बस हूँ पानी ला छोड़ इक्का पखी खड़ी उसमें आखिरी ला के निकलते हैं मोबाइल गिनन एक वो दोस्त वाले मोबाइल गिनवा दे कैमरे देखो पहले मोबाइल गिनने तें केड़ा मोबाइल गिनना चाहिए सारे पेन वीवो दे पेन पिया केड़ा पे वाई 20 पे वाई 7 पे 51 पे ए प्लस पे चलो मोबाइल गिन गिन इंशाल्लाह मिलते हैं बाद ही बाय मोबाइल वैसे ना जबरदस्त पहले 6128 है न्यू मॉडल है न्यू 7 अल्ट्रा तो चलो ला लेना ना कौन रेड मकाने बंदा बड़ा सख्त है इधर सारा मुख पिया था मुख सी बड़ा औखा मगो लगता है मोबाइल वैसे सन पसंद है लेकिन रेड पूछ देना कापी किताबा खोल के लिखी पियो ना कितने का गिदा ज्यादा नहीं नफा गिनता इो गिनते 4-5 हज़ार रुपया एक नफा कहाँ नहीं यार इतनी बार दुकान ही छोड़ा टाइम भी फनी बैठे मोबाइल लाले गिन गए भाई मोबाइल वैसे सोना बड़ा बैग मैं तो बड़ा पसंद है ये साकू मिले तकरीबन 28 हज़ार रुपये का कैश पेमेंट थे 28 हज़ार मोबाइल गिन के घर आया तो थोड़ा एक कम है घर और किता लेकिन हूँ बंदे दरिया खान क्योंकि दरिया खान एक बहुत जरूरी काम है तो बंदे तो इंतजार ही खड़े हैं कि वही दुआ पे तो उसके नाल बने दरिया खान तो वन कि शायद दरिया खान मिलते हैं क्योंकि जरा जल्दी बने क्योंकि बंदा सारी अगला जरा है ना इंतजार ही बैठा है उस वन के मिलना है उसका थोड़ा कम है तो इन शाला वन के दरिया खान मिलना है बंदे ध्यान दर दे दुबई वाला डॉक्टर हाँ चेक कर रहा है ट्रालिया ਉਹ 6 ਤੋਂ ਬਾਅਦ ਇੱਕ 6 ਤੋਂ ਬਾਅਦ ਤੁਸੀਂ ਰੋਡ ਤੇ ਵਾਈ ਸਕਦੇ ਇਸ ਵਜ੍ਹਾ ਤੋਂ ਗੰਨਾ ਇਹ ਸ਼ਾਮ ਨੂੰ ਜਾਂ ਦੇਰ ਨੂੰ ਇਸ ਟਾਈਮ ਇਕੱਠਾ ਜ਼ਿਆਦਾ ਥੀ ਵੈਂਦਾ ਤੇ ਚਲੋ ਜਿਹੜਾ ਵੀ ਲੇਕਿਨ ਅੱਜ ਫੈਕਟਰੀ ਸ਼ੂਗਰ ਰਸ਼ ਬਹੁਤ ਜ਼ਿਆਦਾ ਤਾਂ ਫੈਕਟਰੀ ਸ਼ੂਗਰ ਦਾ ਗੇੜ ਹੀ ਦਿਖਾ ਰਹੇ ਨੇ ਕਿ ਗੇੜ ਦੀ ਕੀ ਪੋਜੀਸ਼ਨ ਹੈ ਸ਼ਾਇਦ ਗੇੜ ਦੇ ਕੋ ਟੋਕਣ ਦੀ ਵਜ੍ਹਾ ਤੋਂ ਰੋਕੀ ਖੜੇ ਹੋਏ ਤਾਂ ਗੇੜ ਦੀ ਪੋਜੀਸ਼ਨ ਹੋਈ ਕਿ ਦੇਤੇ ਹਾਂ ਤੁਹਾਨੂੰ ਕਹਿੰਦੇ ਕਿ ਅੱਗੇ ਰਸ਼ ਹੈ ਜਾਂ ਨਹੀਂ ਤਾਂ ਗੇੜ ਤੋਂ ਅੱਗੇ ਕੋ ਥੋੜ੍ਹੀ ਜਿਹੀ ਟਰਾਲੀਆਂ ਖੜੇ ਨੇ ਅੱਗੇ ਰਸ਼ ਕਾ ਨਹੀਂ ਸਿਰਫ ਗੇੜ ਤੇ ਕੋਈ ਮਸਲਾ ਹੈ ਅਭੀ ਵੀ ਉਹ ਪਲਾਜ਼ੇ ਤੇ ਪਹੁੰਚੇ ਤਾਂ ਥੋੜ੍ਹਾ ਜਿਹਾ ਕੰਮ ਹੀ ਨਿਕਲ ਜਾਏ ਮੈਂ ਕਰ ਕੇ ਇਨਸ਼ਾਅੱਲਾ ਮਿਲਦੇ ਹਾਂ ਬਾਅਦ ਕਿਉਂਕਿ ਇੱਥਾਂ ਇਹਦਾ ਜ਼ਿਆਦਾ ਕੰਮ ਕਾ ਨਹੀਂ ਸ਼ਾਰਟ ਜਿਹਾ ਕੰਮ ਹੈ ਇਹ ਚੀਜ਼ ਗਿਣੀ ਅੱਲਾ ਕਰੇ ਸੀ ਮਿਲਵੇ ਸੀ ਤਾਂ ਉਹ ਗਿਣ ਗਿਣੇ ਤਾਂ ਬਾਅਦ ਇਨਸ਼ਾਅੱਲਾ ਮਿਲਦੇ ਹਾਂ ਪਲਾਜ਼ੇ ਤੇ ਕੰਮ ਹੋ ਗਏ ਬਾਹਰ ਨਿਕਲੇ ਤਾਂ ਜੁੱਤੀਆਂ ਦਾ ਸਟਾਰ ਲੱਗਾ ਖੜਾ ਰੋਡ ਦੇ ਉੱਤੇ ਇੱਥੇ ਜ਼ਰਾ ਸਸਤੀਆਂ ਮਿਲਵੈਨੀਆਂ ਮੇਰੇ ਦੋਸਤ ਜੀ ਬਾਹਰ ਇਹਨੂੰ ਸਕੇ ਯਾਰ ਚਲੋ ਸਸਤੀਆਂ ਜੁੱਤੀਆਂ ਗਿਣੀਆਂ ਗਿਣੀਆਂ ਉਹ ਸਨ ਲੇਕਿਨ ਚਲੋ ਸਸਤੀਆਂ ਦਾ ਲਾਲਚ ਕੀਤੀ ਖੜੇ ਦੇ ਕੇ ਦੇ ਦੇ ਕੇ ਬਣਦਾ ਤੇ ਮੈਂ ਕੁਰਸੀ ਤੇ ਬੈਠਾ ਆਰਾਮ ਨਾਲ ਤਾਂ ਉਹ ਜੁੱਤੀਆਂ ਗਿੰਦਾ ਖੜਾ ਮੈਂ ਬੈਠਾ ਤਾਂ ਮੇਰੀ ਨਜ਼ਰ ਪਈ ਉਸ ਵਿੱਕੀ ਉਸਤਾਦ ਲੜੀ ਕੀ ਬਣਾਉਂਦਾ ਨਾ ਉਸ ਦੇ ਉੱਤੇ ਤਾਂ ਇਸ ਬੰਦੇ ਨੂੰ ਬੜਾ ਅਰਸਾ ਹੋ ਗਿਆ ਤੇ ਦਰੇ ਖਾਨ ਇਸ ਚੌਂਕ ਵਿੱਚ ਤਾਂ ਇਹਦਾ ਛੋਟਾ ਜਿਹਾ ਖੋਕੇ ਲੇਕਿਨ ਇਹ ਜਿਹੜੀਆਂ ਚਾਬੀਆਂ ਵਗੈਰਾ ਨਾ ਇਹ ਬਣਾ ਕੇ ਹਰ ਚੀਜ਼ ਦੀ ਵੀ ਜਿਹੜੀ ਚੀਜ਼ ਅਗਰ ਕੋਈ ਚਾਬੀ ਗੁੰਮ ਥੀ ਵਜੇ ਮੋਟਰਸਾਈਕਲ ਦੀ ਕਾਰ ਦੀ ਕਿਸੇ ਵੀ ਚੀਜ਼ ਦੀ ਹੋਵੇ ਤਾਂ ਉਸਦੀ ਰਿਪੇਅਰ ਚਾਬੀ ਬਣਾ ਲੈਂਦਾ ਹੈ ਤਾਂ ਇਹ ਬਹੁਤ ਜ਼ਿਆਦਾ ਹੁਨਰ ਹੈ ਅਤੇ ਬਹੁਤ ਜ਼ਿਆਦਾ ਪੁਰਾਣਾ ਸਸਤੇ ਸਟਾਲ ਦੇ ਜੁੱਤੀਆਂ ਪਸੰਦ ਨਾ ਆਏ ਤਾਂ ਹੁਣ ਚਲੋ ਬਾਜ਼ਾਰ ਆਵੜੇ ਅਤੇ ਇੱਥੋਂ ਚਲੋ ਜੁੱਤੀਆਂ ਗਿਣਨਾ ਹੈ ਬੱਚਿਆਂ ਦੀ ਵੀ ਗਿਣੇ ਨੇ ਇਸ ਅਤੇ ਆਪਣੇ ਵੀ ਗਿਣੇ ਅਤੇ ਜੁੱਤੀ ਦਿਖਾਈ ਹੈ ਜਮੀਲ ਭਾਈ ਲੇਕਿਨ ਉਹ ਇਹਨੂੰ ਪਸੰਦ ਨਹੀਂ ਹੋਇਆ ਅਤੇ ਮੈਂ ਜਾਂਗਾ ਡੀਸੈਂਟ ਹੋਵੇ ਬਸ ਸਾਦੀ ਜੀ ਹੋਵੇ ਜਦੀ ਉਹ ਵਰਨਾ ਹੋਵੇ ਤਾਂ ਜਮੀਲ ਭਾਈ ਅੱਗੇ ਚਲੋ ਮੈਂ ਦਿਖਾ ਦੇਣਾ ਜਮੀਲ ਭਾਈ ਕਲਾਸ ਵਿੱਚ ਹੈ ਕਿ ਚਲੋ ਮੈਂ ਅੱਜ ਜੁੱਤੀ ਵਰਗੀ ਜੁੱਤੀ ਮਿਲ ਆਪਣੀ ਦੁਕਾਨ ਤੋਂ ਬਣਾਈ ਪਈ ਉਸ ਅੱਗੇ ਚਲੋ ਨਾ ਮੈਂ ਯਾਰ ਨਾਰੀ ਦੁਕਾਨ ਤੋਂ ਪਾਉਣ ਚਵਾ ਦੇਣਾ ਤਾਂ ਜੁੱਤੀ ਆ ਗਈ ਤਕਰੀਬਨ ਘੰਟਾ ਲੱਗ ਗਿਆ ਜੁੱਤੀ ਨੂੰ ਪਸੰਦ ਕਰਿਆਂਦੇ ਕਰਿਆਂਦੇ ਮੈਂ ਇਸੇ ਵਜ੍ਹਾ ਤੋਂ ਨਾਲ ਦੇ ਨਾਲ ਨਾ ਆਉਂਦਾ ਮੈਂ ਵੈਦ ਹੀ ਕਿ ਦੁਕਾਨ ਦੇ ਬਣ ਕੇ ਉਸ ਤੋਂ ਚੀਜ਼ ਗਿਣੀ ਚਲ ਜੁੱਤੀ ਪਸੰਦ ਹੈ ਕਿ ਮਿਲਦੇ ਹਾਂ ਬਾਏ ਜੁੱਤੀ ਤਾਂ ਗਿਣ ਕਿਤੇ ਹੁਣ ਸਬਜ਼ੀ ਗਿਣ ਕੇ ਲੈ ਬਾਈ ਕਿਉਂਕਿ ਸ਼ਾਦੀਸ਼ੁਦਾ ਬੰਦੇ ਦੀ ਜ਼ਿੰਦਗੀ ਯਾਰ ਮੇਰੇ ਹਿਸਾਬ ਹੀ ਬਹੁਤ ਜ਼ਿਆਦਾ ਸਖਤ ਹੁੰਦੀ ਸ਼ਾਦੀਸ਼ੁਦਾ ਬੰਦੇ ਨੇ ਰਾਹ ਜਾਂਦੇ ਹੋਇਆ ਯਾਰ ਕਿ ਛੋਟੀ ਛੋਟੀ ਚੀਜ਼ ਗਿਣਨੀ ਪਾਉਂਦੇ ਸਾਂਝ ਯਾਰ ਸਿੰਗਲ ਬੰਦੇ ਠੀਕ ਦਰੇ ਖਾਨ ਬੰਦਾ ਆਵੇ ਅਤੇ ਤਾਜਰਾਂ ਦੇ ਸਮੋਸੇ ਨੂੰ ਖਾਵੇ ਤਾਂ ਮੈਂ ਕੋਈ ਮਜ਼ਾ ਨਹੀਂ ਆਉਂਦਾ ਸਮੋਸੇ ਖਾ ਕੇ ਨੂੰ ਤਾਜ ਬੈਕਰੀ ਉੱਤੇ ਤਾਂ ਇਨਸ਼ਾਅੱਲਾ ਉਹ ਨਿਕਲਦੇ ਹਾਂ ਘਰ ਬਸ
हूँ घर निकले वे अस लेकिन ना नज़र पे गई केला ते केला दे क्योंकि जवाल इन दिहाड़ा दे ना केला बहुत ज़्यादा सस्ता है। तो चलो असंके केले घिन गिनू केला तकरीबन 100 रुपये सारे को दर्जन ते पहुँच गए। तो चलो असंके एक दर्जन सब कुछ भी दौ क्योंकि सस्ते जो है चलो एक दर्जन अस घिन गिनू अगू आए तो भाई आगे चलो मैं जुती जो घिदी है तो मैंने तो जुराबा जड़े वो तो नहीं घिदी हैं। तो चलो मैं आगे लंडे बाजार तो घिन गिने क्योंकि इस टाइम दर खान ही जरा लंडा है ना वो ही राजा बाजार तो काम करने वे। यार मैं भाई आ गया तो हूँ मैं अपनी विंग ते खड़ो गया केड़ी विंग है मेरी ओए नेट खेल गूं इंशाल्लाह नेट तो बाद मिलते हैं सीधू मारे पगा तो जिस संग दे बैठे अधे वे ना वाला नेट हार गए तो बहु बुरी तरह हार गए तकरीबन दा पेंडा दिलीट तो हार गए तो इंशाल्लाह दिया जीत वैसो तो आज दा वीडियो आज दा ब्लॉग थे एंड करे ना ये वक्त हमरे ने कतन खरिया ना करनी मैं उन विंग को ना हाथ में दांत लगे मैं क्या करा तो इंशाल्लाह मिले नहीं तो नहीं बिलो ना तब जल्ला हाफिज़।